ਤੰਗ ਵਲੌਗਸ ਤੋਂ ਅਲੀ ਹਸਨ ਅਮੀਰਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਲਹਮਦੁਲਿਲਾ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਮੈਂ ਬਿਲਕੁਲ ਠੀਕ ਇੱਕ ਇਹ ਦੋ ਤਿੰਨ ਤੇ ਚੌਥਾ ਉਹ 85 ਅੱਗੇ ਇਹਨਾਂ ਨੂੰ ਖਿੱਚਣ ਲਈ ਖੜਾ ਤਾਰੀ ਭਾਈ ਕਰ ਰਿਹਾ ਸੀਗਾ ਕੱਦੂ ਤੇ ਪਹਿਲੇ ਉਹਨੇ ਆਪਣਾ ਟਰੈਕਟਰ ਖਵਾਇਆ ਫਿਰ ਸਾਨੂੰ ਫੋਨ ਕੀਤਾ ਕਿ ਭਾਈ ਅਲਗਾਜ਼ੀ ਲਿਆਓ ਰੈਸਕਿਊ ਦੀ ਜ਼ਰੂਰਤ ਪੈ ਗਈ ਅਲਗਾਜ਼ੀ ਲਿਆਂਦਾ ਉਹ ਵੀ ਖੁੱਬ ਗਿਆ ਉਹਦੇ ਬਾਅਦ ਫਿਰ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਕਿ 260 ਮੈਸੀ ਇੱਕ ਉਹ ਲਿਆਂਦਾ ਉਹ ਵੀ ਖੁੱਬ ਗਿਆ ਹੁਣ 385 ਜਿਹੜਾ ਹੈਗਾ ਉਹ ਅੱਗੇ ਖੜਾ ਚਾਚੇ ਮੁਹੰਮਦ ਦੇ ਲਾਗੇ ਉਹ ਰੈਸਕਿਊ ਕਰਨ ਆਇਆ ਵਾ ਅਤੇ ਮਜ਼ੀਦ ਅਜੇ ਸ਼ਾਰਟ ਜੀ ਵੀਡੀਓ ਤੁਹਾਨੂੰ ਹਾਲਾਤ ਦਿਖਾਉਂਦੇ ਹਾਂ ਕਿ ਕੀ ਬਣਦਾ ਹਾਂਜੀ ਅਤੇ ਸੰਗਲ ਪਾ ਲਿਆ 385 ਨੇ 260 ਨੂੰ ਹੁਣ ਉਹਨੂੰ ਪਹਿਲੇ ਕੱਢੂਗਾ ਉਹਦੇ ਬਾਅਦ ਫਿਰ ਕੋਈ ਦੇਖਣਗੇ ਇੱਧਰ ਗਾਜ਼ੀ ਅਤੇ ਤਾਰੀ ਭਾਈ ਵਾਲਾ 480 ਟਰੈਕਟਰ ਨੂੰ ਐਨੂ ਭਾਈ ਸ਼ਬੀਰ ਹੱਸੀ ਜਾਂਦਾ ਤੂੰ ਦੇਖ ਕੇ ਤੂੰ ਕਹਾ ਹੋ ਯਾਰ ਅੱਗੇ ਇੱਕ ਦਿਨ ਆ ਲਗਾ ਦੀ ਕਹਿ ਸਕਦੇ ਉਹ ਕਿਸੇ ਨੂੰ ਮਾਡੀ ਕਾਰਡ ਦੇਖਦੇ ਸੀਗੇ ਉਸ ਦਿਨ ਐਸ ਭਾਈ ਨੇ ਆ ਕੇ ਸਾਡੇ ਨੇ ਕੱਢਿਆ ਸੀਗਾ ਅਤੇ ਅੱਜ ਹੋਰ ਭਾਈ ਦਾ ਟਰੈਕਟਰ ਆ ਪੰਜ ਸੌ 85 ਖਿੱਚ ਰਿਹਾ 260 ਮੈਸੀ 285 ਇੱਕ ਦਫਾ ਟਰਾਈ ਕੀਤੀ ਨਹੀਂ ਨਿਕਲਿਆ ਤੇ ਹੁਣ ਦੁਬਾਰਾ ਟਰਾਈ ਕਰਨ ਲੱਗੇ ਆ ਹੈ ਕਿਉਂ ਲੈ ਵੀਡੀਓ ਕਿਉਂ ਨਾ ਬਣਾ ਤੇਰੇ ਆਖੀਏ ਦੇ ਵਿੱਚ ਚਾਰ ਟਰੈਕਟਰ ਫਸੇ ਕਿ ਵੀਡੀਓ ਨਾ ਬਣਾ ਸਾਰਿਆਂ ਨੂੰ ਭੇਜਣੀ ਸਾਰਿਆਂ ਨੂੰ ਹਾਂਜੀ ਅਤੇ ਇੱਧਰ ਮੁੰਡੇ ਟਰੈਕਟਰ ਦੇ ਪਿੱਛੇ ਤਾਰੀ ਭਾਈ ਦਾ ਟਰੈਕਟਰ ਜਿਹੜਾ ਪਹਿਲੇ ਫਸਿਆ ਸੀ ਉਹਦੇ ਮਗਰ ਕਲਟੀ ਸੀਗੀ ਅਤੇ ਉਹ ਕਲਟੀ ਹੁਣ ਪਿੱਛੇ ਕੱਢਣ ਦੀ ਟਰਾਈ ਮਾਰ ਰਿਹਾ ਵੇਚਣੀ ਜ਼ੋਰ ਲਓ ਜ਼ੋਰ ਜ਼ੋਰ ਲਓ ਹਿਲ ਗਈ ਅਗਲੇ ਫਾਲੇ ਪੁੱਠ ਹੋ ਗਏ ਚਲੋ ਸੁਹਾਗਾ ਲੈ ਆਉਂਦਾ ਮੁੰਡਿਆਂ ਨੇ ਉਹ ਹੁਣ ਟਰੈਕਟਰਾਂ ਦੇ ਟਾਇਰਾਂ ਨਾਲ ਬੰਨ੍ਹ ਕੇ ਕਿਤੇ ਇੱਦਾਂ ਟਰਾਈ ਮਾਰਦੇ ਆ ਕੱਢਣ ਦੀ ਕਿਉਂਕਿ ਉਹ ਤੋਂ ਬਗੈਰ ਟਰੈਕਟਰ ਨਹੀਂ ਖਿੱਚ ਹੋ ਰਹੇ ਤੁਸੀਂ ਅੱਗੇ 85 ਦਾ 60 ਦਾ ਜ਼ੋਰ ਦੇਖਿਆ ਨਹੀਂ ਨਿਕਲਿਆ ਟਰੈਕਟਰ ਜੀ 260 ਟਰੈਕਟਰ ਦੇ ਪਿੱਛੇ ਅੱਗੇ ਟਾਇਰ 'ਤੇ ਬੰਨ੍ਹ ਲਿਆ ਵਾ ਸੁਹਾਗਾ ਅਤੇ ਟਰੈਕਟਰ ਨਿਕਲ ਆਇਆ 385 ਟਰੈਕਟਰ ਖੜਾ ਹੁਣ ਆ ਲਗਾਜ਼ੀ 480 ਟਰੈਕਟਰ ਹੈ ਗਿਆ ਤੋ ਗਾਈਸ ਅਲਗਾਜ਼ੀ ਟਰੈਕਟਰ ਨੂੰ ਰੈਸਕਿਊ ਕਰਨ ਲੱਗਾ ਹੁਣ 385 ਟਰੈਕਟਰ Thank you.
ਇਸ ਵਾਗਾ ਹੀ ਬਣਨਾ ਪੈਣਾ ਟਾਇਰ ਤੇ ਦੋ ਟਰੈਕਟਰ ਪਾ ਲਏ ਆ ਅੱਗੇ 260 ਪਿੱਛੇ 385 ਟਰੈਕਟਰ ਨਿਕਲ ਨਹੀਂ ਰਿਹਾ ਜੀ ਤੇ ਤੁਹਾਡਾ ਬੰਨ ਲਿਆ ਗਿਆ ਵਾ ਟਾਇਰ ਅੱਗੇ ਤੇ ਹੁਣ ਟਰੈਕਟਰ गाजी ट्रैक्टर निकल चुके अनु भाई ने कटिया अनु भाई ब्रेक कर दा आए सेट हुई आते जेड़ी सेट हुई हाँ जी तकरीबन 2 घंटे तो उत्ते हो गया सानू टाइम तो 385 तो 260 बाहर खड़े आ तो गाजी ट्रैक्टर जिहड़ा वा वह भी निकल आया वा तो हुण वह इनू तारी भाई वाले 480 ट्रैक्टर नू दोबारा पिछों पुछण लगा वा पहले वो कल्टी वो पिछे पई आ पाई सी वो कढ़ी आ तो वो हुण पहले खिंच के परे करांगे तो वो बाद फिर तारी भाई वाले ट्रैक्टर नू चोचन पावांगे तो उन्हू ਕੱਢਣ ਦੀ ਟਰਾਈ ਮਾਰਾਂਗੇ ਬਹੁਤ ਔਖਾ ਕੰਮ ਹੋਇਆ ਵਾ ਦਲਦਲ ਜਿਹੀ ਬਣੀ ਆ ਜਿਹਦਾ ਜਿਹਦਾ ਟਰੈਕਟਰ ਦਾ ਟਾਇਰ ਘੁੰਮਦਾ ਉਹਦਾ ਉਹਦਾ ਉਹ ਥੱਲੇ ਪੈਂਦਾ ਜਾਣ ਡਿਆ ਵਾ ਖੈਰ ਕਰਿਆ ਉਮੀਦ ਹੈ ਕਿ ਹੁਣ ਨਿਕਲ ਆਊਗਾ तीन चार पंजवा आ हूँ नवा ट्रैक्टर आया वा तो ये हूँ वीर और पेन ही निकल गई शायद ना दो चैन ये हूँ होर भाई है ट्रैक्टर लैके 185 परे खड़ा वा तो पहलो जरा चले फिरता मुंडा वो हूँ आया एक नवा ये हूँ ट्राई मारेगा गाइस 185 385 को नहीं निकलिया तो 2385 इस टाइम आ गए एक पीएड 480 खूबे कढ़ने लई अल्लाह खैर करे ਸਾਰੀ ਭਾਈ ਦਾ ਵੀ ਹਾਸਾ ਹੁਣ ਨਿਕਲਿਆ ਜੀ ਉਸ ਵੇਲੇ ਦਾ ਹਾਂਜੀ ਅਤੇ ਤੁਸੀਂ ਅੱਜ ਦੀ ਮੇਰੀ ਵੀਡੀਓ ਦੇਖੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਟਰੈਕਟਰਾਂ ਨੇ ਇੱਕ ਦੂਜੇ ਨੂੰ ਰੈਸਕਿਊ ਕੀਤਾ ਅਤੇ ਕੁਛ ਟਰੈਕਟਰ ਆਪਣੀ ਮਦਦ ਆਪਦੇ ਤਹਿਤ ਵੀ ਨਿਕਲੇ ਅਤੇ ਉਮੀਦ ਆ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਹੋਊਗੀ ਅਗਰ ਪਸੰਦ ਆਈ ਹੈ ਤਾਂ ਲਾਈਕ ਕਰੋ ਅਤੇ ਕਮੈਂਟ ਕਰੋ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਣਾ ਨਾ ਭੁੱਲਿਓ ਮੇਰੇ ਸਾਰਿਆਂ ਦੀ ਬੜੀ ਮਿਹਰਬਾਨੀ ਦੇਖਣ ਦੀ ਮੈਨੂੰ ਸਪੋਰਟ ਕਰਦੇ ਰਹੋ ਅਤੇ ਜੀਂਦੇ ਵਸਦੇ ਰਹੋ ਅਸਲਾਮੁਅਲੈਕੁਮ